अखियां ने खेड रचाई, कमली ने होश पुलाई, जुल्फा भी होया परेशान। हाँ जी, सलाम अलैकुम। वालेकुम सलाम। हाँ जी बीबी, तेरा नाम की है? सुगो है जी। सुगो? नहीं सही, पूरा नाम दस जी। अब्बे ने सुगो ही आग देने। अच्छा सुगो। अच्छा नाजरीन, इसका नाम सुगरा है। तो ये ना बस जैसे गांव में आपको पता है ना कि नाम होते हैं, तो वो फिर घर वालों को भी नहीं याद रहता कि इसके नाम हमने रखा क्या था। तो सुगो, आपको गाने कौन कौन से आते हैं? आप गाने गा लेती हो? जी आंदे ने जी। अच्छा केड़े आंदे ने? जी ओ एक बीबी गांधी है, साइकिल उत्ते भाई आंदा है, उत्ते वो गांधी है, ते मैं उत्ते याद कीता। अच्छा वो जड़े चीजा वेचण आंदे ने? जी वो रेडियो निका जी यार रखे लाई रख देने ना, ते वो हाँ। वो सुन गई। ਤੇ ਸੁਣਾ ਕਿਹੜਾ ਗਾਣਾ ਸੁਣਦੀ, ਜ਼ਰਾ ਸੁਣਾ। ਇੱਕ ਬੀਬੀ ਗਾਂਧੀ ਹੈ ਜੀ, ਉਹ ਹਾਂ ਸੁਣਾ ਜ਼ਰਾ। ਜੀ ਸੁਣਾਵਾ? ਹਾਂ ਹਾਂ ਤੇ ਸੁਣਾ ਨਾ। ਮੈਂ ਤੇ ਮੇਰਾ ਦਿਲਬਰ ਜਾਨੀ, ਬੁਲੀਆਂ ਤੇ ਪਿਆਰ ਕਹਾ, ਸਾਮਾਂ ਚ ਆਇਆ ਏ ਤੂਫਾਨ, ਮੌਸਮ ਹੋਇਆ ਏ ਬੇਈਮਾਨ। ਮੈਂ ਤੇ ਮੇਰਾ ਦਿਲਬਰ ਜਾਨੀ, ਬੁਲੀਆਂ ਤੇ ਪਿਆਰ ਕਹਾਣੀ, ਸਾਮਾਂ ਚ ਆਇਆ ਏ ਤੂਫਾਨ, ਮੌਸਮ ਹੋਇਆ ਬੇਈਮਾਨ। ਮੈਂ ਤੇ ਮੇਰਾ ਦਿਲਬਰ ਜਾਨੀ, ਬੁਲੀਆਂ ਤੇ ਪਿਆਰ ਕਹਾਣੀ, ਸ਼ੋਕ ਨਜ਼ਾਰੇ ਦੇਣ ਗਵਾਹੀ, ਮਿਲ ਕੇ ਟੁਰ ਪਏ ਪਿਆਰ ਦੇ ਰਾਹੀ, ਜਦ ਤੱਕ ਸਾਏ ਤੇਰੀ ਕਸਮੇ, ਮੈਂ ਨਹੀਂ ਸਹਿਣੀ ਪਲ ਵੀ ਜੁਦਾਈ, ਅੱਖੀਆਂ ਨੇ ਖੇਡ ਰਚਾਈ, ਕਮਲੀ ਨੇ ਹੋਸ਼ ਭੁਲਾਈ, ਜ਼ੁਲਫਾਂ ਵੀ ਹੋਈਆਂ ਪਰੇਸ਼ਾਨ, ਮੌਸਮ ਹੋਇਆ ਬੇਈਮਾਨ। ਮੈਂ ਤੇ ਮੇਰਾ ਦਿਲਬਰ ਜਾਨੀ, ਬੁਲੀਆਂ ਤੇ ਪਿਆਰ ਕਹਾਣੀ। ਬਸ ਜੀ ਇੰਨਾ ਕੋਈ ਇੰਨਾ ਕੀ ਆਂਦਾ ਸੀ ਜੀ? ਅੱਛਾ ਤੇ ਹੱਥ ਚ ਕੀ ਫੜੇ, ਛਾਪਰ ਕੀ ਏ? ਇਹ ਮੇਰੇ ਕੱਪੜੇ ਨੇ ਜੀ। ਤੇ ਇਹ ਕਿਉਂ ਚੁੱਕੀ ਫਿਰਦੀ? ਇਹ ਖੜਾਜ ਜਾਣਗੇ ਜੀ। ਉਹ ਨਹੀਂ ਖੜਾਜ ਦੇ ਉੱਤੇ ਪਰੇ ਰੱਖ ਦੇ। ਨਹੀਂ ਖੜਾਜ ਦੇ ਕਿੱਥੇ ਰਖਵਾਇਆ? ਅਬੇ ਨੇ ਅਬੇ ਇੱਥੇ ਵੱਡੀ ਵੱਡੀ ਕੋਠੀਆਂ ਨਹੀਂ, ਉਹ ਕੀ ਹੈ ਜੀ ਨਾਂ ਉਹਦਾ? ਡਿਫੈਂਸ। ਡਿਫੈਂਸ 2 ਸਾਲ ਹੋ ਗਏ ਨੇ ਜੀ। ਕੀ ਕੰਮ ਕੀ ਕਰਦੇ? ਭਾਂਡੇ ਧੋਨੀ ਆ ਜੀ, ਕੱਪੜੇ ਵੀ ਧੋ ਲੈਣੀ ਆ, ਤੇ ਰੋਟੀ ਟੁੱਕਰ ਵੀ ਬਣਾ ਲੈਣੀ ਆ। ਤਨਖਾਹ ਕਿੰਨੀ ਦਿੰਦੇ? ਪੈਸੇ ਬਹੁਤ ਘੱਟ ਦਿੰਦੇ ਨੇ। ਕਿੰਨੇ ਘੱਟ ਦਿੰਦੇ? 8000 ਰੁਪਇਆ ਦਿੰਦੇ ਨੇ। ਤੇ 8000 ਥੋੜਾ, ਰੋਟੀ ਪਾਣੀ ਵੀ ਦਿੰਦੇ ਨੇ, ਕੱਪੜੇ ਵੀ ਦਿੰਦੇ ਨੇ, ਹਰ ਚੀਜ਼ ਦਿੰਦੇ ਨੇ, ਤੇ 8000 ਠੀਕ ਨਹੀਂ ਹੈ? ਦਿੰਦੇ ਨੇ ਸਾਹਿਬ, ਨਹੀਂ ਦਿੰਦੇ। ਕੋਈ ਨਹੀਂ ਦਿੰਦੇ? ਵੱਡੀ ਵੱਡੀ ਸਿੰਗਰ ਬਣ ਜਾਵਾਂਗੀ। ਹਾਂ ਹਾਂ ਤੇ ਕਿਉਂ ਨਹੀਂ ਬਣੇਗੀ? ਤੂੰ ਐਡਾ ਸੋਹਣਾ ਤੈਨੂੰ ਗਾਣਾ ਗਾਇਆ, ਇੱਕ ਵੱਲ ਜੇ ਗਾਣਾ ਹੋਰ ਸੁਣਾ ਨਾ। ਸਾਹਿਬ ਗੱਲਾਂ ਕਰਦੇ ਨੇ ਸਾਰੇ, ਕੀ ਕੋਈ ਗਾਣ ਹੀ ਨਹੀਂ ਦਿੰਦਾ, ਕੋਈ ਕੋਈ ਸਾਹਮਣੇ ਨਹੀਂ ਆ। ਰੇ ਤੂੰ ਚੱਲ ਗਾਣਾ ਸੁਣਾ। ਅੱਛਾ ਹਾਂ। ਮੈਂ ਫਕੀਰਾਂ ਤੇਰੇ ਪਿਆਰ ਦੀ, ਮੈਂ ਫਕੀਰਾਂ ਦੇ ਪਿਆਰ ਦੀ। ਜੋਗੀਆਂ ਵੇ ਜੋਗਣ ਹੋ ਗਈ, ਹੋ ਗਈ
फकीर मैं फकीर तेरे प्यार दी छोटा लागे जग मैनू छोटा आसमान वे तेरे कद माच मेरा वसदा जहान वे छोटा लागे जग मैनू छोटा आसमान वे तेरे कद माच मेरा वसदा जहान वे होई पागल दीवानी मेरे दिल दा तू जानी होई पागल दीवानी मेरे दिल दा तू जानी तैनू जिंद हार दी मैं फकीर तेरे प्यार दी बस वाह जी वाह जबरदस्त अच्छा ते फिर 8000 तू तनखा लेनी है जी साहब ते गाने किस तरह याद कर दे रही है लंबे लंबे गाने तनु याद ने साहब पहले ते पेंड नहीं सा ना हां अब्बा मेन मारदा मैं नहीं हुंदा ना कि गाने गाउनी साते ਉਹ ਫਿਰ ਅੰਮਾ ਨੇ ਆਖਿਆ ਕਿ ਤੈਨੂੰ ਸ਼ਹਿਰ ਕਰ ਦਈਏ ਇੱਥੇ ਅੱਬਾ ਜਿਹੜਾ ਹੈ ਉਹ ਬਿਮਾਰ ਰਹਿੰਦਾ ਹੈ ਤੇ ਪੈਸੇ ਕੋਈ ਨਹੀਂ ਕੋਲ ਤੇ ਉਹਨਾਂ ਮੈਨੂੰ ਕੋਠੀ ਪਾ ਦਿੱਤਾ ਤੇ ਫਿਰ ਇੱਥੇ ਆਈ ਆ ਨਾ ਤੇ ਸਾਹਿਬ ਉਹ ਕਦੀ ਕਦੀ ਬੀਬੀ ਉਰੇ ਨਹੀਂ ਹੁੰਦੇ ਘਰ ਤੇ ਉਹ ਫਿਰ ਵੱਡੀ ਸਕਰੀਨ ਉੱਤੇ ਲੱਗੇ ਹੁੰਦੇ ਨੇ ਗਾਣੇ ਅੱਛਾ ਤੂੰ ਸੁਣਦੀ ਰਹਿੰਦੀ ਆ ਤੇ ਉਹ ਫਿਰ ਇੱਥੇ ਵੜ ਜਾਂਦੇ ਨੇ ਤੇ ਅੱਛਾ ਤੈਨੂੰ ਕੋਈ ਆਪਣਾ ਉਹਦਾ ਹੋਰ ਕਿਸੇ ਦਾ ਗਾਣਾ ਆਉਂਦਾ ਹੀ ਸਾਹਿਬ ਉਹ ਇੱਕ ਮੋਟਾ ਜਿਹਾ ਭਾਈ ਆਉਂਦਾ ਹੈ अब क्या सोच क्या होना है जो होगा अच्छा होगा अब क्या सोच क्या होना है जो होगा अच्छा होगा पहले सोचा होती पागल अब रोने से क्या होगा अब क्या सोच क्या होना है जो होगा अच्छा होगा यार से गम कह कर तो खुश है लेकिन तुम ये क्या जानो तुम दिल का रोना रोते हो वो दिल में हंसता होगा अब क्या सोच क्या होना है जो होगा अच्छा होगा वाह जबरदस्त जबरदस्त अच्छा ते हुन अपना पिंड कितों जाना है पिंड बीबी होरी छुट्टी देन गे ते जावांगी ना हाँ। ए तो लुक के आई हां बीबी होरा तुम्हें नहीं नहीं तू टेंशन ना ले तेनु मैं ना तुसी राह च मिल गए हो ते तुसी मैं आख्या तू तेरे ते लोक क्यों गाने गांदी पई से तू पागल ते नहीं ਕੋਈ ਸੁਣਦਾ ਹੀ ਨਹੀਂ ਹੈ ਤੇ ਮੈਂ ਆਖਿਆ ਕਿ ਚਲੋ 4 ਰੁਪਏ ਕੋਈ ਮੰਗਾਂਗੀ ਗਾਵਾਂਗੀ ਹਾਂ ਤੇ 4 ਰੁਪਏ ਦੇ ਦੇਵੇਗਾ ਤੁਸੀਂ ਮੈਂ ਚਾਹ ਇੱਥੇ ਲੈ ਆਇਓ ਇਹ ਇਹ ਬੁਰੀ ਗੱਲ ਹੈ ਇਹ ਮੰਗਣ ਵਾਲੀ ਕੋਈ ਅੱਛੀ ਗੱਲ ਨਹੀਂ ਠੀਕ ਹੈ ਨਾ ਤੇ ਤੇਰਾ ਮੈਂ ਗਾਣਾ ਲਵਾਂਗਾ ਨੈਟ ਤੇ ਤੇ ਤੂੰ ਬੜੀ ਮਸ਼ਹੂਰ ਹੋ ਜਾਏਂਗੀ ਹਾਂ ਹਾਂ
ਲੈ ਟੈਨਸ਼ਨ ਨਾ ਲੈ ਤੇ ਆਪਣਾ ਇਹ ਹੁਣ ਤੇਰਾ ਗਾਣਾ ਚੱਲ ਰਿਹਾ ਜਿਹੜੇ ਮੇਰੇ ਅੱਬੇ ਆ ਮੇਰੇ ਅੱਬਾ ਨਾ ਵੇਖੇ ਸਾਹਿਬ ਮੇਰਾ ਉਹ ਤੇਰੇ ਅੱਬੇ ਹਲ ਤੇ ਜਾਂਦਾ ਹੀ ਨਹੀਂ ਨਾ ਤੇਰੇ ਅੱਬੇ ਕੋਲ ਮੋਬਾਈਲ ਹੈ ਨਹੀਂ ਹਾਂ ਤੇ ਫਿਰ ਉਹਨੇ ਕਿੱਥੋਂ ਦੇਖਣਾ ਸਾਹਿਬ ਮੈਂ ਆਪਣੇ ਅੱਬੇ ਨੂੰ ਮੋਬਾਈਲ ਲੈ ਕੇ ਦੇਣਾ ਹਾਂ ਤੂੰ ਮੋਬਾਈਲ ਲੈ ਦੇਈ ਨਾ ਮੋਬਾਈਲ ਲੈ ਕੇ ਦੇਂਗੀ ਤੇ ਫਿਰ ਸਿੰਗਰ ਬਣ ਜਾਵਾਂਗੀ ਹਾਂ ਹਾਂ ਤੇ ਕਿਉਂ ਨਹੀਂ ਬਣੇ ਨਸੀਬੂ ਨਹੀਂ ਸੀ ਬਣ ਗਈ ਹਾਂ ਹਾਂ ਤੇ ਤੂੰ ਵੀ ਬਣ ਗਈ ਇੱਕ ਨਸੀਬੂ ਆ ਗਈ ਤੁਹਾਨੂੰ ਦੂਸਰੀ ਸੁੱਗੂ ਆ ਗਈ ਤੇ ਫਿਰ ਬਾਕੀ ਪਾਕਿਸਤਾਨ ਦੀ ਖੈਰ ਹੀ ਹੈ ਸਾਰੇ ਵੇਖਦੇ ਪਏ ਨੇ ਮੈਨੂੰ ਹਾਂ ਕੀ ਆਖਾਂ ਸਾਹਿਬ ਸਾਰਿਆਂ ਨੂੰ ਕਹੇ ਕਿ ਸਾਡੇ ਚੈਨਲ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਸਾਡੇ ਟੀਵੀ ਨੂੰ ਲਾਈਕ ਕਰੋ ਹਾਂ ਤੇ ਸ਼ੇਅਰ ਵੀ ਕਰੋ ਤੇ ਮੈਂ ਮਸ਼ਹੂਰ ਹੋਵਾਂਗੀ ਜੀ ਹਾਂ ਤੇ ਮੈਂ ਵੱਡੀ ਸਿੰਗਰ ਬਣ ਜਾਵਾਂਗੀ ਵਾਈਸ ਆਫ ਪਾਕਿਸਤਾਨ ਵਾਈਸ ਆਫ ਪਾਕਿਸਤਾਨ ਹੈ ਇਹਦੇ ਵਿੱਚ ਮੈਂ ਆਵਾਂਗੀ ਜੀ ਸਾਹਿਬ ਜੀ ਮੈਂ ਲੈ ਕੇ ਆਣਗੇ ਤੇ ਮੈਂ ਤੁਹਾਨੂੰ ਗਾਉਣ ਸੁਣਾਵਾਂਗੀ ਇਹਨ ਲਾਈਕ ਕਰੋ ਤੇ ਸ਼ੇਅਰ ਕਰੋ ਹਾਂ ਤੇ ਇਹਦੇ ਤੇ ਮੈਸੇਜ ਕਰੋ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਪਾਕਿਸਤਾਨ ਜਿੰਦਾਬਾਦ